ਪਿੰਡ ਪੁਲਥ ਦੇ ਜੀਜਸ ਕਲੱਬ ਵੱਲੋਂ 18ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਪੁਲਥ 9 ਜੂਨ ਅੱਜ ਪੁਲਥ ਵਿੱਚ ਪੈਂਦੇ ਪਿੰਡ ਰਾਜਪੁਰ ਵੱਲੋਂ ਜੀਜਸ ਕਲੱਬ ਦੇ ਮਿਤੀ 5/6/2022 ਤੋਂ 8/6/2022 ਸ਼ਾਮ 6 ਵਜੇ ਸਮਾਪਤ ਹੋਇਆ ਇਨਾਮਾਂ ਦੀ ਵੰਡ ਅਮਨਿੰਦਰ ਸਿੰਘ ਚੀਮਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਸਾਰੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਹਾਜ਼ਰ ਡੀਜੇ ਡੈਨੀ ਜਾਜ ਮਸੀ ਮਨਜ਼ੂਰੀ ਲਾਲ ਰੋਮਸ ਖੋਸਲਾ ਗੋਲਡੀ ਖੋਸਲਾ ਲਵਪ੍ਰੀਤ ਸਿੰਘ ਸਰਦਾਰ ਮਨਜੀਤ ਸਿੰਘ ਪ੍ਰੈਸ ਫੋਟੋਗ੍ਰਾਫ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਰਾਜੇਸ਼ ਕੁਮਾਰ ਤੇ ਮਨਦੀਪ ਜੀ ਦੀ ਰਿਪੋਰਟ ਤੁਹਾਡਾ ਅੱਛਾ ਇਹ ਅੱਜ ਜਿਹੜਾ ਤੁਹਾਨੂੰ ਆ ਕੱਪ ਮਿਲਿਆ ਆ ਇਹਦੇ ਵਾਸਤੇ ਜਿੱਦਾਂ ਜੋਤ ਪ੍ਰਾਪਤ ਕਰਨ ਦੀ ਵਾਕੇ ਤੁਹਾਨੂੰ ਕਿੰਨੀ ਖੁਸ਼ੀ ਪ੍ਰਾਪਤ ਹੋ ਰਹੀ ਹੈ ਬਹੁਤ ਖੁਸ਼ੀ ਹੋਈ ਸਾਨੂੰ ਅੱਛਾ ਇਸ ਟੂਰਨਾਮੈਂਟ ਨੂੰ ਜਿੱਤਣ ਲਈ ਬਹੁਤ ਮਿਹਨਤ ਕੀਤੀ ਆ ਠੀਕ ਹੈ ਕਿ ਇਸ ਮਿਹਨਤ ਦਾ ਹੀ ਸਾਨੂੰ ਫਲ ਮਿਲਿਆ ਜੀ ਕਿਹੜਾ ਪਿੰਡ ਤੋਂ ਤੁਸੀਂ ਬੜਾ ਪਿੰਡ ਅੱਛਾ ਤੇ ਕਿੰਨੇ ਦਿਨ ਟੂਰਨਾਮੈਂਟ ਚੱਲਦਾ ਰਿਹਾ ਟੂਰਨਾਮੈਂਟ ਭਾਈ ਚੱਲਿਆ ਜੀ 4 ਤੋਂ 5 ਦਿਨ ਠੀਕ ਹੈ ਟੂਰਨਾਮੈਂਟ ਵੀ ਬਹੁਤ ਵਧੀਆ ਹੋਇਆ ਬਹੁਤ ਵਧੀਆ ਕਮੇਟੀ ਸੀਗੀ ਬਹੁਤ ਵਧੀਆ ਫਾਈਨਲ ਹੋਇਆ ਤੁਹਾਡੇ ਕੋਈ ਵਿਚਾਰ ਕੋਈ ਲੋਕਾਂ ਨੂੰ ਕੀ ਸਹਿਜਤਾ ਦੇਣਾ ਚਾਹੁੰਦੇ ਹੋ ਤੁਸੀਂ ਕੋਈ ਵਿਚਾਰ ਭਾਈ ਸਾਡੇ ਆ ਕਿ ਸਪੋਰਟਸਮੈਨ ਬਣੋ ਵਧੀਆ ਖੇਡੋ ਨਸ਼ਿਆਂ ਤੋਂ ਬਚੋ ਹੱਸ ਕੇ ਥੋੜਾ ਜਿਹਾ ਠੀਕ ਹਾਂਜੀ ਕੀ ਆ ਕਹਿਣਾ ਚਾਹੁੰਦੇ ਭਾਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਰਾਜਪੁਰ ਦੀ ਕਲੱਬ ਆ ਇਹ ਇਹਨਾਂ ਦਾ 8ਵਾਂ ਇਹ ਟੂਰਨਾਮੈਂਟ ਆ ਇਸ ਵਿੱਚ ਦੂਰੋਂ ਦੂਰੋਂ ਤੋਂ ਪਿੰਡਾਂ ਦੇ ਖਿਡਾਰੀ ਆਉਂਦੇ ਆ ਉਹਨਾਂ ਨੂੰ ਇਹ ਇੱਕ ਸੁਨੇਹਾ ਅੱਛਾ ਭੇਜਦੇ ਆ ਅਤੇ ਆਉਣ ਵਾਲੇ ਸਾਲਾਂ 'ਚ ਇਸ ਤਰ੍ਹਾਂ ਇਹ ਮੈਚ ਹੁੰਦੇ ਰਹਿਣਗੇ ਥੈਂਕ ਯੂ ਹਾਂਜੀ ਵਕੀਲ ਸਾਹਿਬ ਅੱਜ ਜਿੱਦਾਂ ਤੁਹਾਡੇ ਪਿੰਡ ਵਾਲੇ ਨੌਜਵਾਨ ਬੱਚੇ ਜਿਹੜੇ ਆ ਮੈਚ ਕਰਾ ਰਹੇ ਆ ਇਹਦੇ ਬਾਰੇ ਤੁਸੀਂ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਭਾਜੀ ਸਾਡੇ ਨਾਲ ਰਾਜਪੁਰ ਕਲੱਬ ਹੈ ਜਿਹੜਾ ਕ੍ਰਿਕਟ ਕਲੱਬ ਹੈ ਮੁੰਡਿਆਂ ਦੇ ਦੁਆਰਾ ਬਣਾਇਆ ਗਿਆ ਜਿਹੜਾ ਜੀਜਸ ਕਲੱਬ 8ਵਾਂ ਟੂਰਨਾਮੈਂਟ ਕਰਾ ਰਹੇ ਆ ਜੀ ਇਹ ਹਰ ਸਾਲ ਕਰਾਉਂਦੇ ਆ ਮੁੰਡੇ ਅਤੇ ਬੜੇ ਉਤਸ਼ਾਹ ਨਾਲ ਕਰਾਉਂਦੇ ਨੇ ਦੂਰੋਂ ਦੂਰੋਂ ਬੜੇ ਪਿੰਡਾਂ ਤੋਂ ਇਹ ਟੀਮਾਂ ਖੇਡਣ ਆਉਂਦੀਆਂ ਨੇ ਅਤੇ ਅੱਜ ਐਸੀ ਵੀ ਕਰਾਇਆ ਇਹਨਾਂ ਨੇ ਅੱਜ ਫਾਈਨਲ ਅਤੇ ਮੇਨ ਮਕਸਦ ਇਹੀ ਹੈ ਜੀ ਮੁੰਡਿਆਂ ਦਾ ਵੀ ਸਾਰਿਆਂ ਦਾ ਇਹੀ ਯਤਨ ਕਰਨ ਦੀ ਕੋਸ਼ਿਸ਼ ਕਰਦੇ ਕਿ ਮੁੰਡੇ ਵੱਧ ਤੋਂ ਵੱਧ ਖੇਡਾਂ ਵੱਲ ਆਉਣ ਉਤਸ਼ਾਹਿਤ ਹੋਣ ਇੱਧਰ ਹੋਰ ਮੁੰਡੇ ਵੀ ਜਿਹੜੇ ਨਸ਼ੇ ਵੱਲ ਜਾਏ ਗਏ ਨੇ ਉੱਧਰ ਜਾਂ ਨਸ਼ਾ ਕਰਦੇ ਨੇ ਅਤੇ ਉਹ ਵੀ ਇਹਨਾਂ ਚੀਜ਼ਾਂ ਨੂੰ ਛੱਡ ਕੇ ਅਤੇ ਇਹਨਾਂ ਨੂੰ ਦੇਖ ਕੇ ਅਤੇ ਖੇਡਾਂ ਵੱਲੋਂ ਸੇਧ ਲੈ ਕੇ ਦਿੰਦੇ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਜੀ ਰੋਮਸ ਹੈ ਜੀ ਹਾਂਜੀ ਸਾਡੇ ਕਲੱਬ ਦਾ ਨਾਂ ਜੀਜਸ ਕਲੱਬ ਰਾਜਪੁਰ ਜੀ ਸਾਡਾ 8ਵਾਂ ਟੂਰਨਾਮੈਂਟ ਆ ਅਤੇ ਸਾਡਾ ਯਾਨੀ ਕਿ 5 ਤਰੀਕ ਤੋਂ ਸ਼ੁਰੂ ਹੋਏਗਾ ਅਤੇ ਅੱਜ ਸਾਡਾ ਲਾਸਟ ਮੈਚ ਆ ਫਾਈਨਲ ਮੈਚ ਆ ਪਹਿਲਾ ਨਾਮ ਹੈਗਾ ਸਾਡਾ 21,000 ਦੂਸਰਾ ਹੈਗਾ 11,000 ਪਲੱਸ ਟਰੋਫੀਆਂ ਠੀਕ ਹੈ ਅਤੇ ਅੱਜ ਸਾਡਾ ਫਾਈਨਲ ਮੈਚ ਆ ਬਸ ਠੀਕ ਆ ਅਤੇ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਵੀ ਜਿੱਦਾਂ ਨਸ਼ਿਆਂ ਨੂੰ ਛੱਡ ਕੇ ਅੱਜ ਦੇ ਯਾਨੀ ਕਿ ਨੌਜਵਾਨ ਰਹੀ ਸਾਡਾ ਸਮਾਚਾਰ ਆ ਕਿ ਨਸ਼ੇ ਨੂੰ ਛੱਡ ਕੇ ਤੁਸੀਂ ਆਪਣਾ ਸਪੋਰਟਸ ਵੱਲ ਹੋਵੋ ਆਪਣੀਆਂ ਗੇਮਾਂ ਖੇਡੋ ਅਤੇ ਯਾਨੀ ਕਿ ਸਾਡਾ ਇਹੀ ਸਮਾਜ ਨੂੰ ਜਾਗਰੂਕ ਕਰਨਾ ਕਿ ਗੇਮ ਵੱਲ ਧਿਆਨ ਦੇਵੋ ਨਸ਼ੇ ਨੂੰ ਛੱਡੋ ਯਾਨੀ ਕਿ ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖੋ ਆਉਣ ਵਾਲੀ ਪੀੜ੍ਹੀ ਨੂੰ ਵੀ ਯਾਨੀ ਕਿ ਜਿਸ ਤਰ੍ਹਾਂ ਪਾਣੀ ਦੀ ਲੋੜ ਉਦਾਂ ਇਹਨੂੰ ਜਵਾਨੀ ਦੀ ਲੋੜ ਹੈ ਓਕੇ